बिस्मिल्लाहिर्रहमानिर्रहीम, अस्सलाम वालेकुम यार दोस्तों, मेरा नाम है आतिफ शहजाद, आप देख रहे हो जानी बेस्ट चैनल। दोस्तों जी 16 अगस्त 2024 जुमातुल मुबारक दा खूबसूरत दिन, पहली वीडियो हमेशा जी तरह राणा नज़ीर अहमद साहब दी चब्बा पुराना तहसील बलवाल जिला सरगोधा तो सालम इंटरचेंज तो 7-8 किलोमीटर का ट्रैवल है और माशाल्लाह हर बारी क्रॉस खंगड़ बाखड़ी तैयार ताजिया सूइया हर तरह दी बैठा होंदियां ते रेट इंतहाई मकूल होंदे। अज दी वीडियो च टोटल 3 नग विखाने ने और तिने ही बैड़ा माशाल्लाह जी चंगे कद बुत वालियां, 2 डिलीवर ने, एक किस हिसाब से डिटेल पूरी लैंदे हैं। अस्सलाम वालेकुम राणा साहब, सेहत भी कैसी है? अच्छा, 2 ताजियां ने जी? 2 ताजियां, एक डेढ़ महीना लैंदी, डेढ़ महीना लैंदी है, 7.5 महीने दी गबड़ कंफर्म हो से कंफर्म 7 प्लस है जी, प्लस 7 प्लस। ते जेडीयां 2 ने ना थले बच्ची बच्चे बच्ची है जी, एक थले बच्ची एक थले बच्चा, रेल मकूल पक्कियां गल्लां चीजां चंगीआं ने। दोस्तों जी मौके दीआं चवाईआं आके करो, तसलियां करो, इत्थे आके तुहाडे वास्ते चंगी तो चंगी चीज़ हुंदी है। और चब्बा पुराना ऐसा गढ़ है जिथे 3-4 लाख तो लग के 8-10 लाख तक दी गां आराम नाल मिल जांदी है, ते किसी भी टाइम चक्कर ला सकदे हो। चलता पहला नंबर की पेज। मजीद इस तरह की वीडियो देखने के लिए हमारे जानी बेस्ट चैनल को सब्सक्राइब करें और बेल आइकन को प्रेस करें ताकि मजीद इस तरह की वीडियो की नोटिफिकेशन आपको टाइम पर मिलती रहे। बिस्मिल्लाहिर्रहमानिर्रहीम, दोस्तों जी पहला जानवर स्क्रीन उत्ते तुहाडे सामने ते चंगा कद बहुत हाइट वेट बॉडी स्ट्रक्चर क्रॉस जानवर है ते कद जरा वेखना है बच्ची दे कोल कैसा है। माशाल्लाह राणा साहब एक साइड ते निकली हुण पता लगदा पिया कि चीज की और इहदे वेखो इक बार पहलण वेण है ਦੋਤੋ ਜੀ ਮੂੰਹ ਚੋਂ 4 ਦੰਦੇ ਕਨਫਰਮ ਕੱਦ ਬਹੁਤ ਹਾਈਟ ਪੁੱਠਾ ਔਰ ਇੱਕ ਵਾਰੀ ਮੈਂ ਤੁਹਾਨੂੰ ਲਿਬਾਸ ਵੀ ਵਿਖਾਣਾ ਹੈ ਕਿ ਬੈਕ ਸਾਈਡ ਤੋਂ ਅਡਰ ਇਹ ਜੇ ਗੁੱਲੇ ਚਾਰੇ ਇਹ ਜੇ ਤੇ ਮਾਸ਼ਾਅੱਲਾ ਇੱਕ ਸਾਈਡ ਤੋਂ ਮੁੱਠਲਾ ਥਾਣ ਪਿੱਛੇ ਬੱਚਾ ਔਰ ਕੱਦ ਬਹੁਤ ਤੇ ਕਮਾਲ ਹੈ ਇਹ ਇੱਥੇ ਵੇਖੋ ਜ਼ਰਾ ਰਾਣ ਸਾਹਿਬ ਵੇਟ ਚੰਗਾ ਕੱਦ ਚੰਗਾ ਯਾਰ ਹੋਵੇ ਹੁਣ ਚੋਗੀ ਪੈ ਲੈਣੀ ਔਰ ਕਿਸ ਟਾਈਮ ਦੀ ਕਦੋਂ ਦੀ ਸੂਈ ਹੋਈ ਦੂਸਰਾ ਦਿਨ ਬੋਲਾ ਕੋਈ ਆ ਕੇ ਚੁਆਈ ਕਰੇਗਾ ਤੇ ਬੋਲਾ ਬਣੇਗਾ ਚੋਲਿਸਤਾਨੀ ਕ੍ਰਾਸ ਹੈ ਜੀ ਚੋਲਿਸਤਾਨੀ ਕ੍ਰਾਸ ਕ੍ਰਾਸ ਹੋਣੇ ਨਾਲ ਬੱਚੀ ਦਾ ਇੱਕ ਤੇ ਗਰਮੀ ਸਰਦੀ ਦੇ ਵਿੱਚ ਚੱਲਣਾ ਗਰਮੀ ਕਰਦੀ ਨਹੀਂ ਕੋਈ ਕਿਸੇ ਕਿਸਮ ਦਾ ਮਸਲਾ ਨਹੀਂ ਔਰ ਦੁੱਧ ਚਿੱਟਾ ਚਿੱਟਾ ਬਿਲਕੁਲ ਮੌਕੇ ਤੇ ਕੇ ਚੁਆਈ ਹੋਣੀ ਇਨਸ਼ਾਅੱਲਾ 16 ਲੀਟਰ ਬੋਲਾ ਕਰ ਦੇ ਕੋਈ ਭਰਾ ਕੇ ਚੋ ਲਵੇ ਦੁੱਧ ਜੀ 16 ਲੀਟਰ ਮਾਗ ਚੋਵੇ ਬੱਚੇ ਇਹ ਚੀਜ਼ ਚੈੱਕ ਕਰੋ ਜੀ ਸਮਝ ਆ ਗਈ ਬਰੀਡ ਚੈੱਕ ਕਰੋ ਇੱਕ ਵਾਰੀ ਮਾਸ਼ਾਅੱਲਾ 16 ਲੀਟਰ ਦੀ ਚੁਆਈ ਜਿਸ ਭਰਾ ਦਾ ਕਰੇ ਦਿਲ ਮੌਕੇ ਤੇ ਆ ਕੇ ਚੋ ਸਕਦੇ ਐ ਵੱਛਾ ਜੇ ਔਰ ਹਲੇ ਸੋਲ ਹੈ ਬਿਲਕੁਲ ਔਰ ਰਾਣਾ ਸਾਹਿਬ ਨੇ ਆਖਿਆ ਜੀ ਵਿਖਾ ਦਿਓ ਬੱਚੇ ਦਾ ਕੱਚਾ ਨਾੜੂਆ ਵੀ ਕਿਸੇ ਨੂੰ ਇਹ ਡਾਊਟ ਨਾ ਰਵੇ ਦੂਜਾ ਦਿਨ ਨੇ ਰਾਣਾ ਸਾਹਿਬ ਦੂਸਰੇ ਦਿਨ ਦੀ ਡਿਲੀਵਰ 16 ਬੋਲ ਹੈ ਮੈਲਾ 60 ਬਣਿਆ 83 ਜਿੱਦਾਂ ਕੱਦ ਬੁੱਤ ਹੈ ਕਿੰਨਾ 20 ਕ੍ਰਾਸ ਕਰ ਜਾਸੀ ਦੁੱਧ ਜੀ 20 ਲੀਟਰ ਪਲੱਸ ਕਰਨ ਵਾਲੀ ਵੈੜ ਹੈ ਬਾਕੀ ਕੱਦ ਬੁੱਤ ਤੁਹਾਡੇ ਸਾਹਮਣੇ ਇੱਕ ਵਾਰੀ ਇੱਥੋਂ ਵੀ ਵੇਖ ਲਓ ਇਹ ਜੇ ਚੁਆਈ ਵਾਲੇ ਮਾਸ਼ਾਅੱਲਾ ਜੀ ਸੋਹਣੇ ਗੁੱਲੇ ਬਹੁਤ ਹੀ ਪਿਆਰਾ ਥਾਣੇ ਵੇਨਾ ਮੌਜੂਦ ਨੇ ਮੂੰਹ ਚ ਚੋਗੀ ਤੇ ਵੱਡਾ ਕੱਦ ਬਹੁਤ ਪਹਿਲਾ ਜਾਨਵਰ ਹੈ ਬਿਸਮਿਲਾ ਕਰਨੀ ਉਹ ਨਹੀਂ ਰਾਣਾ ਸਾਹਿਬ 5 ਵਾਲੀ ਗੱਲ ਨਾ ਹਾਂ ਨਾ ਇੱਕੋ 4,65,000 ਦੀ ਦੇ ਦੇਣੀ ਹੈ ਲੈਣੇ ਦੇਣੇ ਵਾਲੀ ਗੱਲ ਨਾ ਦੁੱਧ ਦੀ 4,65,000 ਦੀ ਬੱਚੀ ਜੇ ਬਾਕੀ ਬਰੀਡ ਤੇ ਮਾਰਕੀਟ ਤੁਸੀਂ ਇਹ ਦੋਵੇਂ ਚੀਜ਼ਾਂ ਵੇਖਣੀਆਂ ਕੋਈ ਰੇਟਾਂ ਚੋਂ ਰੇਟ ਨਹੀਂ ਲੰਮੇ ਉੱਤੇ ਖਿਲਾਰੀ ਇੱਥੇ ਪੂਰੀ ਚੀਜ਼ ਨੂੰ ਵੇਖਣਾ 4,65,000 ਰੁਪਇਆ ਡਿਮਾਂਡ ਜੇ ਬਾਕੀ ਮੌਕੇ ਤੇ ਆ ਕੇ ਕੁਝ ਨਾ ਕੁਝ ਪਿਆਰ ਮੁਹੱਬਤ ਗੁੰਜਾਇਸ਼ ਇਨਸ਼ਾਅੱਲਾ ਤਾਲਾ ਹੋਰ ਹੋ ਜਾਸੀ ਐਂਡ ਐਨੂਅਲੀ ਨੂੰ ਫੇਰ ਵੇਖੋ ਪੁੱਠਾ ਤੇ ਬਰੀਡ ਮੁੱਠਲੇ ਥਾਣ ਫਸਟ ਟਾਈਮਰ ਹੋ ਕੇ ਜੇ 16 ਲੀਟਰ ਚੁਆ ਰਹੀ ਹੈ ਤੇ ਨਾਰਮਲ ਇਨਸ਼ਾਅੱਲਾ ਤਾਲਾ 20 ਲੀਟਰ ਤੱਕ ਤੇ ਨਾਰਮਲ ਜਾਏਗੀ ਬਾਕੀ ਤੁਹਾਡੀ ਸੇਵਾ ਡਿਪੈਂਡ ਕਰਦੀ ਹੈ ਕਿ ਇਹ ਵੇਖੋ ਮਾਸ਼ਾਅੱਲਾ ਬਾਕੀ ਸਾਂਭੀ ਜਿਸ ਬਰਾ ਨੇ ਉਸਨੇ ਵੀ ਚੰਗੀ ਹੈ ਅਡਰ ਦੋਵਾਂ ਸਾਡਾ ਤੇ ਚੰਗਾ ਸੁਥਰਾ ਹੈ ਔਰ ਜੈਨੂਇਨ ਮੋਨੀ ਪਿੱਛੇ
ਬੱਚਾ ਚਲਦਾ ਦੋਸਤੋ ਜੀ ਦਾਣਾ ਨੰਬਰ ਮਾਸ਼ਾ ਜੀ ਦੋ ਕਿਲੋ ਦੋਸਤੋ ਜੀ ਚੈੱਕ ਆਊਟ ਕਰੋ ਦਾਣਾ ਨੰਬਰ ਦੋ ਦੇ ਉੱਤੇ ਆ ਚੁੱਕੀ ਹੈ ਜੁੰਗੀ ਜਰਸੀ ਉਹ ਦੋਸਤ ਭਰਾ ਜਿਹੜੇ ਮਾਸ਼ਾ ਜੀ ਜੁੰਗੀਆਂ ਦੇ ਦੀਵਾਨੇ ਨੇ ਫੈਨ ਨੇ ਜੁੰਗੀ ਗਾਂ ਦੇ ਔਰ ਖਾਸ ਕਰਕੇ ਜਰਸੀ ਦੇ ਉਹਨਾਂ ਭਰਾਵਾਂ ਵਾਸਤੇ ਵੇਖੋ ਥਣ ਖਿਲਾ ਬਰੀਡ ਬੋਡੀ ਪਿੱਛੇ ਵੱਛੀ ਜਰਸੀ ਉਹਦਾ ਵੀ ਸ਼ੌਕ ਕਰਾਉਣਾ ਪਹਿਲੇ ਇੱਕ ਵਾਰੀ ਥਣ ਖਿਲੇ ਵਿਖਾ ਲਾਂ ਵੇਖੋ ਜਾਨਵਰ ਨੂੰ ਵਿਖਾਉਣਾ ਸਾਡਾ ਹੱਕ ਬਣਦਾ ਪੂਰੀ ਚੀਜ਼ ਤੇ ਫੋਕਸ ਕਰਾਉਣਾ ਸ਼ੌਕ ਪੂਰੇ ਹੋਣੇ ਤੇ ਤਾਂ ਹੀ ਤੁਹਾਨੂੰ ਜਾਨਵਰ ਦਾ ਪਤਾ ਚੱਲ ਇਹ ਵੱਛੀ ਜੇ ਥੱਲੇ ਔਰ ਇਹ ਚੀਜ਼ ਇਹਦੋਂ ਵੀ ਵੇਖੋ ਇੱਕ ਵਾਰੀ ਰਾਣ ਸਾਹਿਬ ਇਹ ਤਾਂ ਨਹੀਂ ਨਾ ਪਹਿਲਣ ਦੂਸਰਾ ਕਨਫਰਮ ਹੈ ਜੁੰਗੀ ਜਰਸੀ ਕਦਮ ਦੀ ਸੂਈ ਹੈ ਪਰਸੋਂ ਔਰ ਮੌਕੇ ਤੇ ਕੀ ਚੁਆਈ ਹੈ ਪੰਦਰਾਂ ਤੋਂ ਸੋਲਾਂ ਲੀਟਰ ਇਨਸ਼ਾਅੱਲਾ ਤਾਲਾ ਜੀ ਕੋਈ ਬਰਾ ਕੇ ਦੁੱਧ ਵੀ ਅੱਛੀ ਹੈ ਯਾਨੀ ਕਿ ਗਾੜਾ ਵੀ ਤੇ ਜ਼ਿਆਦਾ ਵੀ ਮੌਕੇ ਤੇ ਕਿੰਨਾ ਦੱਸਿਆ ਜੀ ਇਹ ਵੀ ਪੰਦਰਾਂ ਸੋਲਾਂ ਚੁਆ ਰਹੀ ਹੈ ਘਰ ਵੀ ਜਾਏਗੀ ਉਮੀਦ ਬੜੀ ਹੈ ਨਸਲ ਬੜੀ ਸੀ ਨਸਲ ਬੜੀ ਸੀ ਬਾਕੀ ਗਰਮੀ ਸ਼ਰਮੀ ਕ੍ਰਾਸ ਕਰੂ ਕੋਈ ਕਿਸੇ ਕਿਸਮ ਦਾ ਮਸਲਾ ਵੱਛੀ ਬੜੀ ਚੰਗੀ ਦੰਦੋ ਮੋਹ ਛੇ ਆ ਪੂਰੀ ਆ ਜੇ ਅਗਰ ਕੋਈ ਵੱਛੀ ਮਾਸ਼ਾਅੱਲਾ ਜੀ ਪਸੰਦ ਕਰੇ ਵੱਛੀ ਇਕੱਲੀ ਤਾਂ ਨਹੀਂ ਮਿਲਦੀ ਅੱਛਾ ਜੀ ਕਈ ਭਰਾ ਹੁੰਦੇ ਨੇ ਆਦੇ ਨੇ 70-80 ਹਜ਼ਾਰ ਦੀ ਵੱਛੀ ਛੱਡ ਜਾਓ ਗੱਲ ਕੀ ਹੈ ਮੁਹੱਬਤ ਕੀ ਹੈ ਪਿਆਰ ਕੀ ਹੈ ਕਿੰਨੇ ਦਾ ਹੋ ਜਾਣਾ ਜਾਨਵਰ ਲੇਕਿਨ ਨਹੀਂ ਰਾਣਾ ਸਾਹਿਬ ਗੱਲ ਸੋਹਣੀ ਕਰਨੀ ਹੈ ਛੋਟੀ ਕਰਨੀ 385 ਪੱਕੀ ਗੱਲ ਨੀ ਦੋਤੋ ਜੀ ਘਰ ਚੋਣੇ ਪੀਣੇ ਵਾਲੀ ਚੀਜ਼ ਔਰ ਇੱਕ ਗੱਲ ਤੁਹਾਨੂੰ ਦੱਸਦੇ ਆ ਸਾਲ ਚੋ ਕੇ ਪੀ ਕੇ ਜਿਹੜੀ ਆ ਥੱਲੇ ਬੱਚੀ ਹੈ 2 ਲੱਖ ਪਲੱਸ ਦੀ ਇਨਸ਼ਾਅੱਲਾ ਸਾਲ ਬਾਅਦ ਬੱਚੀ ਜੇ ਔਰ ਜਰਸੀ ਵੈੜ ਹੈ ਮਾਸ਼ਾਅੱਲਾ ਸਟ੍ਰੇਟ ਹੱਡੀ ਪੁੱਠਾ ਹੈ ਇਹ ਤੁਸੀਂ ਵੇਖ ਰਹੇ ਹੋ ਪਿਛਲੇ ਜਦੋਂ ਆਈ ਸੀ ਮੇਰੇ ਖਿਆਲ 20-21 ਦੇ ਵਿੱਚ ਮਸਲਾ ਹੋਇਆ ਸੀ ਉਦੋਂ ਥੋੜ੍ਹਾ ਜਿਹਾ ਬਾਕੀ ਇਸ ਟਾਈਮ ਕਿਸੇ ਕਿਸਮ ਦੀ ਕੋਈ ਟੈਨਸ਼ਨ ਨਹੀਂ 100% ਗਰੰਟੀ ਤਸੱਲੀ ਦੇ ਨਾਲ ਸਿਰਫ਼ ਔਰ ਸਿਰਫ 3 ਲੱਖ 85 ਹਜ਼ਾਰ ਮਾਸ਼ਾਅੱਲਾ ਜੀ ਇਹ ਥੱਲੇ ਫੀਮੇਲ ਕਾਫ ਹੈ ਬੱਚੀ ਹੈ ਚਲਤੇ ਦਾਣਾ ਨੰਬਰ ਮਾਸ਼ਾਅੱਲਾ ਜੀ 3 ਜੀ ਲਓ ਜੀ ਦੋਸਤੋ ਅੱਜ ਦੀ ਵੀਡੀਓ ਦਾ ਆਖਰੀ ਜਾਨਵਰ ਸਕਰੀਨ ਦੇ ਉੱਤੇ ਤੁਹਾਡੇ ਸਾਹਮਣੇ ਆ ਮਾਸ਼ਾਅੱਲਾ ਜੀ ਪਹਿਲਾਂ ਸੂਈ ਦੂਜੇ ਬਾਰੇ ਚੱਗੋ ਗੱਬਣ ਕਿੰਨੇ ਮਹੀਨੇ ਦੀ ਕਨਫਰਮ ਹੈ ਸਾਡੇ 7 ਮਹੀਨੇ ਦੀ ਸਾਡੇ 7 ਮਹੀਨੇ ਅਗਰ 1.5 ਮਹੀਨੇ ਤੋਂ ਬਾਅਦ ਬਾਈ ਜਾਨੀ ਨਸ ਹੋਵੇ ਨਾ ਠੀਕ ਹੈ ਡਬਲ ਰੁਪਈਏ ਦੇ 1.5 ਮਹੀਨੇ ਤੋਂ ਬਾਅਦ ਨਾ ਸੂਏ ਡਬਲ ਰੁਪਈਏ ਅੱਖ ਵੇਖੋ ਵੈਰੀ 7 ਮਹੀਨੇ ਪਲੱਸ ਦੀ ਗੱਲ ਕਨਫਰਮ ਕਰਨੇ ਆ 7.5 ਤੋਂ 7.5 7.5 ਮਹੀਨੇ ਲੋ ਤੁਸੀਂ 7.5 ਮਹੀਨੇ ਰਾਣਾ ਸਾਹਿਬ ਕਹਿ ਰਹੇ ਨੇ ਕੋਈ 4-5 ਦਿਨ ਗਿਣ ਕੇ ਅੱਜ ਦੇ ਡੇਟ ਤੇ ਰੱਖ ਲਿਓ ਲੋ ਜੀ ਅੱਜ ਦੇ ਦਿਨ ਤੇ ਕਹਿ ਰਹੇ ਨੇ ਗਿਣ ਕੇ ਰੱਖ ਲਓ 1.5 ਮਹੀਨਾ ਸਾਹਮਣੀ ਜੇ ਅੱਜ ਕੋਈ ਖਰਾਬੀ ਹੋਵੇ ਮੇਰੀ ਵਾਪਸ ਦਿਨਾਂ ਦੀ ਖਰਾਬੀ ਹੋਵੇ ਮੇਰੀ ਵਾਪਸ ਅੱਛਾ ਮਹੀਨਾ ਦੋ ਦਾ ਜਿਹੜਾ ਰਹਿੰਦਾ ਹੁੰਦਾ ਨਾ ਉਦੋਂ ਤੱਕ ਜਾਨਵਰ ਨੂੰ ਜਿਵੇਂ ਵੀ ਭਰਾ ਖੁਰਾਕ ਦੇਣਾ ਚਾਹਵਨ ਜਿਵੇਂ ਤਿਆਰੀ ਕਰਾਉਣਾ ਚਾਹੋ ਹੋ ਜਾਂਦੀ ਉਹ ਹੀ ਤਿਆਰ ਕਰਵਾ ਸਕਦੇ ਇਹਦੇ ਜੋ ਵੀ ਟੈਨਸ਼ਨ ਨਹੀਂ ਔਰ ਜਗ੍ਹਾ ਵੀ ਚੰਗੀ ਦੱਸ ਬੁੜੀ ਤਿਆਰੀ ਜੇ 15-16 ਲੀਟਰ ਕਰਦੀ ਰਹੀ ਹੈ ਇਨਸ਼ਾਅੱਲਾ ਪਹਿਲਾਂ ਇਹਨਾਂ ਇਹਦਾ ਹੱਕ ਬਣਦਾ ਨਹੀਂ ਫ੍ਰੀਜ਼ ਜਾਂਦਾ ਬਹੁਤ ਅੱਛੀ ਹੈ ਨਾ ਪਰ ਅੱਜ ਰੱਖ ਲੈ ਫੁੱਲ ਫਾਈਨਲ ਜਾਂ ਤਿਆਰ ਹੋਈ ਹੈ ਵੀ ਤੇ 4 ਤੋਂ ਬਾਅਦ ਉਹ ਤੇ ਫਿਰ ਜਦੋਂ ਤਿਆਰ ਹੋਈ ਉਦੋਂ ਗੱਲ ਕਰਨੀ ਹੈ ਅੱਜ ਕਿਤਨੇ ਦੀ ਹੈ ਹਟਾ ਕੇ ਲਿਆ ਪਿੱਛੇ ਚੰਗੀ ਲੱਗੇ 3-3 ਦੀ ਦੇ ਸ਼ੋਅ ਨਹੀਂ ਬਸ ਇਸ ਤੋਂ ਬਾਅਦ ਫਾਈਨਲ ਕਰੀਏ ਭਾਈ ਸਾਰੀ 1 ਮਹੀਨੇ ਦੀ ਸੌਮ ਹੈ ਅੱਛਾ ਹਾਂ ਨਾ ਕਿ ਹਾਂ ਨਾ ਜੀ ਥੋੜੀ ਜਿਹੀ ਮੁਹੱਬਤ ਕਰ ਚਲੋ 5 ਕਰ ਦਿਓ 3.25 ਲੱਖ ਦੀ ਮਾਸ਼ਾਅੱਲਾ ਜੀ ਇਹ ਬੈਡ ਲੱਖ ਦੀ ਵਿੱਚ ਸਾਨੂੰ ਦੇਣੀ ਔਰ ਜਿਸ ਟਾਈਮ ਤਿਆਰ ਹੋ ਗਈ ਉਸ ਟਾਈਮ ਹੋਰ ਹਿਸਾਬ ਚ ਅੱਜ ਦੀ ਡੇਟ ਚ 7.5 ਮਹੀਨੇ ਦਾ ਡਾਕਟਰ ਪਾਸ ਜਾਨਵਰ ਕੋਈ ਭਰਾ ਲੈਣਾ ਚਾਹਵੇ ਤੇ ਸਿਰਫ ਔਰ ਸਿਰਫ 3,25,000 ਰੁਪਏ ਦਾ ਬਾਕੀ ਸੇਵਾ ਖਿਦਮਤ ਜਿਤਨੀ ਕਰ ਲਓ ਜਿਵੇਂ ਦੀ ਤਿਆਰੀ ਕਰਾ ਲਓ ਜਾਨਵਰ ਦੀ ਔਰ ਜੇ ਅਗਰ ਸਾਂਭ ਲਈ ਜਿਵੇਂ ਰਾਣਾ ਸਾਹਿਬ ਨੇ ਆਖਿਆ ਇਹਦੀ ਸੇਵਾ ਖਿਦਮਤ ਹੋ ਪਈ ਇਹਨੂੰ ਹਾਲੀਆ ਗੁੜ ਛੁੜ ਜਿਵੇਂ ਦਿੰਦੇ ਨੇ ਦੇਖ ਕਲੀਅਰ ਕਰ ਲਿਆ ਤੇ ਇਹ 1 ਲੱਖ ਰੁਪਇਆ ਵਧਾ ਜੇ ਲੱਖ ਵਧਾ ਸਕਦੇ 4.25 ਦੀ ਤਾਂ ਨਾਰਮਲ ਜਾ ਸਕਦੀ ਹੈ ਕਿਉਂਕਿ ਮਾਰਕੀਟ 'ਚ ਜਿਹੜੀਆਂ 3-4 ਮਹੀਨੇ ਦੀਆਂ ਗਭਣਾ ਵੱਛੀਆਂ ਲੱਭਦੀਆਂ ਹਨ ਉਹ ਵੀ 3-3.25 ਦੀ ਯਕੀਨ ਕਰੋ ਅੱਜ ਪਹਿਲਣ ਵੈੜ ਨਹੀਂ ਲੱਭਦੀ ਇਹ ਤੁਹਾਡੇ ਕੋਲ ਪੂਰਾ ਪੂਰਾ ਪੈਕੇਜ ਹੈ ਦੋਵਾਂ ਯਾਦ ਕਿਉਂ ਖੁਸ਼ ਹੋ ਲਾਫੀ ਜੀ ਪਾਕਿਸਤਾਨ ਜਿੰਦਾਬਾਦ।